ਸਸ਼ੀਕਾਲ ਜੀ ਸਾਰਿਆਂ ਨੂੰ ਅੱਜ ਹੈ ਮੇਰੇ 75 ਹਾਰਡ ਦਾ 33ਵਾਂ ਦਿਨ ਪਾਣੀ ਪੀ ਕੇ ਫਰੈਸ਼ ਹੋ ਕੇ ਪਹਿਲੇ ਮੈਂ ਕਿਚਨ ਚ ਗਈ ਕਿਚਨ ਚ ਆਪਣੇ ਸਕੂਲ ਲਈ ਪੈਕਿੰਗ ਕੀਤੀ ਬੇਟੇ ਲਈ ਸਬਜ਼ੀ ਬਣਾਈ ਫਿਰ ਮੈਂ ਗਈ ਸੈਰ ਤੇ ਦੇਖੋ ਅੱਜ ਵਧੀਆ ਮੌਸਮ ਹੈ ਧੁੰਦ ਨਹੀਂ ਹੈਗੀ ਅੱਜ ਘਰ ਆ ਕੇ ਮੈਂ ਰੱਸੀ ਕੁੱਦੀ ਸਟੇਅਰਸ ਵਾਲੀਆਂ ਐਕਸਰਸਾਈਜ਼ ਕੀਤੀਆਂ ਉਸ ਤੋਂ ਬਾਅਦ ਬੈਲੀ ਫੈਟ ਘੱਟ ਕਰਨ ਵਾਲੀਆਂ ਐਕਸਰਸਾਈਜ਼ ਕੀਤੀਆਂ ਮੈਂ ਇਹ ਸਾਰੀਆਂ ਡੇਲੀ ਕਰਦੀਆਂ ਐਕਸਰਸਾਈਜ਼ ਮੈਂ ਬਾਡੀ ਨੂੰ ਸਟ੍ਰੈਚ ਕਰਨ ਵਾਲੀਆਂ ਐਕਸਰਸਾਈਜ਼ ਕੀਤੀਆਂ ਨਹਾ ਤੋ ਕੇ ਫਰੈਸ਼ ਹੋ ਕੇ ਮੈਂ ਜਪਜੀ ਸਾਹਿਬ ਦਾ ਪਾਠ ਕੀਤਾ ਫਿਰ ਮੈਂ ਆਪਣੀ ਡਾਈਟ ਲਈ بیٹے ਨੂੰ ਉਠਾਇਆ ਉਹਨੂੰ ਰੈਡੀ ਕੀਤਾ ਨਹਾ ਤੋ ਆ ਕੇ ਇਹਦਾ ਜੂੜਾ ਇਹਦੇ ਦਾਦੀ ਮम्मा ਕਰਦੇ ਆ ਫਿਰ ਮੈਂ ਖੁਦ ਆਪਣੇ ਸਕੂਲ ਲਈ ਰੈਡੀ ਹੋਈ ਐ ਮੈਂ ਸਕੂਲ ਲਈ ਰੈਡੀ ਆ ਅੱਜ ਲੰਚ ਦੇ ਵਿੱਚ ਮਿਕਸ ਵੈਜ ਤੇ ਫੁਲਕੇ ਸੀ ਫਿਰ ਮੈਂ ਨਿੱਕੇ ਮੋਟੇ ਕੰਮ ਕੀਤੇ ਈਵਨਿੰਗ ਵਾਕ ਤੇ ਗਈ ਸ਼ਾਮੀ ਏ ਆਕੇ ਮੈਂ ਘਰ ਆਕੇ ਐਕਸਰਸਾਈਜ਼ ਕੀਤੀਆਂ ਵੈਲਿਫੈਟ ਘੱਟ ਕਰਨ ਵਾਲੀਆਂ ਜੰਪਿੰਗ ਜੈਕ ਕੀਤੇ ਮੈਂ ਡਿਨਰ ਦੇ ਵਿੱਚ ਅੱਜ ਥੋਮ ਅਦਰਕ ਦੀ ਸਬਜੀ ਤੇ ਫੁਲਕੇ ਸੀ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਅੱਜ ਦਾ ਦਿਨ ਮੇਰਾ ਬਹੁਤ ਵਧੀਆ ਗਿਆ ਤੇ ਇਹ ਹੈ ਮੇਰੀ ਅੱਜ ਦੀ ਸੈਲਫੀ ਇਹਦੇ ਨਾਲ ਬਲੌਗ ਦਾ ਐਂਡ ਹੁੰਦਾ ਹੈ